ਹਾਂਜੀ, ਸੱਤਵੀਂ ਜਮਾਤ ਦੇ ਬੱਚੇ, ਅੱਜ ਆਪਾਂ ਪੜਾਂਗੇ ਬੇਟਾ ਪਾਠ ਪਹਿਲਾ, ਵਣਜਾਰਾ। ਵਣਜਾਰਾ ਕਵਿਤਾ ਹੈ ਬੇਟਾ। ਤੁਸੀਂ ਸਾਰੇ ਆਪਣੀ ਬੁੱਕ ਖੋਲ ਲਓ ਤੇ ਇੱਕ ਇੱਕ ਲਾਈਨ ਜਿਵੇਂ ਮੈਂ ਪੜਾਂਗੀ ਤੁਸੀਂ ਮੇਰੇ ਨਾਲ ਪੜ੍ਹਨੀ ਹੈ ਤੇ ਉਹਦੀ ਵਿਆਖਿਆ ਕਰਨੀ ਹੈ। ਸਭ ਤੋਂ ਪਹਿਲਾਂ ਹੈ ਬੇਟਾ, ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰਾ। ਵਣਜਾਰਾ ਹੁੰਦਾ ਬੇਟਾ ਵਣਜ ਕਰਨ ਵਾਲਾ, ਵਪਾਰ ਕਰਨ ਵਾਲਾ। ਹਿੰਦੂ ਮੁਸਲਿਮ ਸਿੱਖ ਈਸਾਈ ਸਾਂਝਾ ਭਾਈਚਾਰਾ, ਵਪਾਰ ਕਰਨ ਵਾਲਾ ਗਲੀਆਂ ਦੇ ਵਿੱਚ ਘੁੰਮ ਰਿਹਾ। ਵਣਜਾਰਾ ਅਸੀਂ ਆਮ ਤੌਰ ਤੇ ਚੂੜੀਆਂ ਵੇਚਣ ਵਾਲਿਆਂ ਨੂੰ ਕਹਿ ਦਿੰਦੇ ਕਿ ਬਾਹਰ ਚੂੜੀਆਂ ਵੇਚਣ ਵਾਲਾ ਆਇਆ, ਵਣਜਾਰਾ। ਕੋਈ ਵੀ ਵਣਜ ਕਰਦਾ ਜਿਹੜਾ ਗਲੀਆਂ ਦੇ ਵਿੱਚ ਘੁੰਮ ਫਿਰ ਕੇ ਵਪਾਰ ਕਰਦਾ, ਉਹਨੂੰ ਅਸੀਂ ਵਣਜਾਰਾ ਕਹਿੰਦੇ ਹਾਂ। ਇਹ ਕਹਿ ਰਿਹਾ ਕਿ ਬਸਤੀ ਬਸਤੀ, ਹਰ ਬਸਤੀ ਦੇ ਵਿੱਚ, ਹਰ ਜੰਗਲ ਦੇ ਵਿੱਚ ਗਾ ਰਿਹਾ ਉਹ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਕੀ ਹਨ, ਇੱਕ ਹਨ, ਸਾਂਝਾ ਭਾਈਚਾਰਾ ਸਾਰੇ ਇੱਕ ਹਨ। ਕਿਰਨਾ ਸਾਨੂੰ ਵੰਡ ਦਿੰਦੀ ਹੈ, ਕਿਰਨਾ ਬੇਟਾ ਨਫ਼ਰਤ, ਜਦੋਂ ਅਸੀਂ ਨਫ਼ਰਤ ਕਰਦੇ ਹਾਂ ਇੱਕ ਦੂਜੇ ਦੇ ਨਾਲ ਧਰਮਾਂ ਦੇ ਨਾਮ ਤੇ, ਉਹ ਸਾਨੂੰ ਅਲੱਗ ਕਰ ਦਿੰਦੇ ਇੱਕ ਦੂਜੇ ਤੋਂ, ਇਸ ਨੂੰ ਦੂਰ ਪਜਾਓ। ਕੀ ਗਾ ਰਿਹਾ ਕਿ ਜਿਹੜੀ ਕਿਰਨਾ ਏ ਨਫ਼ਰਤ ਏ, ਇਸ ਨੂੰ ਸਾਨੂੰ ਦੂਰ ਪਜਾਣਾ ਚਾਹੀਦਾ, ਇਸ ਨੂੰ ਛੱਡ ਦੇਣਾ ਚਾਹੀਦਾ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇੱਕ ਹੋ ਜਾਓ। ਧਰਮਾਂ ਦੇ ਨਾਮ ਤੇ ਜਿਹੜੇ ਲੋਕ ਅਸੀਂ ਵੰਡੇ ਹੋਏ ਹਾਂ, ਕੋਈ ਹਿੰਦੂ ਬਣ ਗਿਆ, ਕੋਈ ਮੁਸਲਿਮ ਬਣ ਗਿਆ, ਕੋਈ ਸਿੱਖ, ਕੋਈ ਕਹਿੰਦਾ ਕਿ ਮੈਂ ਈਸਾਈ ਹਾਂ, ਕਹਿੰਦੇ ਕਿ ਤੁਸੀਂ ਸਾਰੇ ਇੱਕ ਹੋ ਜਾਓ, ਕਿਉਂ ਧਰਮ ਦੇ ਨਾਮ ਤੇ ਇੱਕ ਦੂਜੇ ਨਾਲ ਲੜਦੇ ਹੋ। ਮੰਦਿਰ, ਹਿੰਦੂਆਂ ਦੇ ਮੰਦਿਰ ਆਪਾਂ ਕਹਿ ਦਿੰਦੇ ਹਾਂ, ਮੁਸਲਮਾਨ ਜਿਹੜੇ ਉਹ ਗਿਰਜੇ ਮਸਜਿਦ ਵਿੱਚ ਜਾਂਦੇ ਹੈ, ਮਸਜਿਦ ਗਿਰਜੇ ਉੱਪਰ, ਈਸਾਈ ਜਿਹੜੇ ਹੈ, ਈਸਾਈ ਲੋਕ ਹੈ, ਉਹ ਗਿਰਜੇ ਵਿੱਚ ਜਾਂਦੇ ਹੈ। ਕਹਿੰਦੇ ਕਿ ਸਭ ਦੇ ਉੱਪਰ ਤੁਸੀਂ ਲਿਖ ਦਿਓ ਰੱਬ ਦਾ ਦੁਆਰਾ, ਸਿਰਫ ਇੱਕ ਸ਼ਬਦ ਲਿਖ ਦਿਓ ਕਿ ਇਹ ਰੱਬ ਦਾ ਦੁਆਰਾ ਹੈ, ਸਾਂਝਾ, ਸਾਂਝਾ ਨਾਮ ਲਿਖ ਦਿਓ। ਤੁਸੀਂ ਨਾਵਾਂ ਦੇ ਨਾਮ ਤੇ ਇੱਕ ਦੂਜੇ ਨਾਲ ਵੰਡ ਨਾ ਪਾਓ। ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਏ ਵਣਜਾਰਾ, ਵਣਜਾਰਾ ਇਸ ਗੱਲ ਦਾ ਵਪਾਰ ਕਰ ਰਿਹਾ, ਇਹ ਸਾਨੂੰ ਸਮਝਾ ਰਿਹਾ ਬਸਤੀ ਬਸਤੀ ਜੰਗਲ ਜੰਗਲ ਜਾ ਕੇ ਕਿ ਤੁਸੀਂ ਧਰਮਾਂ ਦੇ ਨਾਮ ਤੇ ਲੜੋ ਨਾ ਤੇ ਸਾਰੇ ਇੱਕ ਹੋ ਜਾਓ। ਨਫ਼ਰਤ ਸਾਨੂੰ ਦੁੱਖ ਦਿੰਦੀ ਹੈ, ਨਫ਼ਰਤ ਜੇ ਸਾਡੇ ਦਿਲ ਵਿੱਚ ਨਫ਼ਰਤ ਹੈ, ਉਹ ਸਾਨੂੰ ਬਹੁਤ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ। ਰੱਜ ਕੇ ਸੌਣ ਨਾ ਦਿੰਦੀ, ਖੁੱਲ੍ਹ ਕੇ ਸਾਨੂੰ ਹੱਸਣ ਨਾ ਦਿੰਦੀ, ਜੀ ਭਰ ਕੇ ਰੋਣ ਨਾ ਦਿੰਦੀ। ਨਾ ਉਹ ਸਾਨੂੰ ਸੌਣ ਦਿੰਦੀ ਹੈ, ਨਾ ਹੀ ਸਾਨੂੰ ਖੁੱਲ੍ਹ ਕੇ ਹੱਸਣ ਦਿੰਦੀ ਹੈ, ਅਤੇ ਨਾ ਹੀ ਜੀ ਭਰ ਕੇ ਸਾਨੂੰ ਉਹ ਰੋਣ ਦਿੰਦੀ ਹੈ ਜਦੋਂ ਨਫ਼ਰਤ ਸਾਡੇ ਦਿਲ ਵਿੱਚ ਆ ਜਾਂਦੀ ਹੈ। ਨਗਰ ਨਗਰ ਵਿੱਚ, ਗਲੀ ਗਲੀ ਵਿੱਚ ਗੂੰਜ ਰਿਹਾ ਇੱਕ ਤਾਰਾ। ਅੱਗੇ ਬੱਚੇ, ਨਾ ਕੋਈ ਊਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ। ਨਾ ਤੁਸੀਂ ਕਿਸੇ ਨੂੰ ਊਚ ਕਹੋ ਕਿ ਕੋਈ ਅਮੀਰ ਹੈ ਕੋਈ ਗਰੀਬ ਹੈ, ਸਭ ਨੂੰ ਆਪਣਾ ਜਾਣੋ, ਸਭ ਨੂੰ ਇੱਕ ਜਾਣੋ ਕਿ ਉਹ ਰੱਬ ਦਾ ਬੰਦਾ ਹੈ। ਆਪਸ ਵਿੱਚ ਨੇ ਮੂਰਖ ਲੜਦੇ, ਲੜਦੇ ਨਹੀਂ ਸਿਆਣੇ। ਜਿਹੜੇ ਮੂਰਖ ਲੋਕ ਹੁੰਦੇ ਨੇ ਉਹ ਆਪਸ ਵਿੱਚ ਲੜਦੇ ਹੈ, ਸਿਆਣੇ ਆਪਸ ਵਿੱਚ ਨਹੀਂ ਲੜਦੇ। ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ। ਅਸੀਂ ਸਾਰੇ ਧਰਮਾਂ ਦੇ ਲੋਕ ਇੱਕ ਹੋ ਜਾਈਏ, ਏਕੇ ਵਿੱਚ ਕੀ ਹੈ, ਸ਼ਕਤੀ ਹੈ, ਅਤੇ ਏਕਾ ਨੂੰ ਹੀ ਸਾਨੂੰ ਪਿਆਰ ਕਰਨਾ ਚਾਹੀਦਾ ਹੈ। ਕੌਣ ਕਹਿ ਰਿਹਾ? ਵਣਜਾਰਾ ਕਹਿ ਰਿਹਾ, ਬਸਤੀ ਬਸਤੀ ਜਾ ਕੇ, ਘਰ ਘਰ ਜਾ ਕੇ, ਜੰਗਲ ਜੰਗਲ ਜਾ ਕੇ। ਹਾਂਜੀ, ਅੱਗੇ, ਸੱਜੇ ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ। ਕਹਿੰਦੇ ਕਿ ਇਹ ਨਾ ਕਹੋ ਕਿ ਤੇਰਾ ਰਸਤਾ ਮੇਰਾ, ਮੈਂ ਖੱਬੇ ਜਾਣਾ, ਮੈਂ ਸੱਜੇ ਜਾਣਾ, ਯਾਨੀ ਕਿ ਸੋਚ ਦੀ ਗੱਲ ਕਰ ਰਿਹਾ ਕਿ ਮੈਂ ਮੰਦਰ ਜਾਣਾ, ਮੈਂ ਮਸਜਿਦ ਜਾਣਾ, ਮੇਰਾ ਆਹ ਹੋਰ ਰਸਤਾ, ਤੇਰਾ ਹੋਰ ਰਸਤਾ। ਇੱਕੋ ਰਸਤੇ ਤੇ ਚੱਲੋ, ਸਾਂਝੇ ਰਸਤੇ ਤੇ ਚੱਲੋ, ਸਾਂਝਾ ਰਸਤਾ, ਸਾਂਝੀ ਮੰਜ਼ਿਲ। ਇੱਕੋ ਹੀ ਰਸਤਾ ਹੋਵੇ ਅਤੇ ਇੱਕ ਹੀ ਸਾਡੀ ਮੰਜ਼ਿਲ ਹੋਵੇ, ਉਸ ਨੂੰ ਜਾ ਕੇ ਮੱਲੋ, ਉਸ ਨੂੰ ਜਾ ਕੇ ਤੁਸੀਂ ਪਾਓ। ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਸਾਨੂੰ ਪਿਆਰਾ। ਸਾਰੇ ਭਾਰਤ ਮਾਂ ਦੀ ਜੈ ਬੋਲੋ, ਭਾਰਤ ਸਾਨੂੰ ਬਹੁਤ ਪਿਆਰਾ ਹੈ। ਇਹ ਸੋਚੋ ਕਿ ਅਸੀਂ ਇੱਕ ਭਾਰਤ ਦੇ, ਇੱਕ ਦੇਸ਼ ਦੇ ਸਾਰੇ ਹੀ ਨਾਗਰਿਕ ਹਾਂ, ਸਾਰੇ ਹੀ ਬੰਦੇ ਹਾਂ। ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ
ਈਸਾਈ ਨਹੀਂ, ਇਹ ਗੱਲ ਬਸਤੀ ਬਸਤੀ ਜੰਗਲ ਜੰਗਲ ਵਣਜਾਰਾ ਗਾ ਰਿਹਾ ਹੈ। ਹੁਣ ਕਰਾਂਗੇ ਬੇਟਾ ਆਪਾਂ ਇਸ ਪਾਠ ਦੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਵੱਖ ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ? ਇਹਦਾ ਉੱਤਰ ਬੇਟਾ ਇੱਥੇ ਕਵਿਤਾ ਦੇ ਰੂਪ ਵਿੱਚ ਲਾਈਨ ਹੈ, ਆਪਾਂ ਕਵਿਤਾ ਨੂੰ ਨਹੀਂ ਐਵੇਂ ਲਿਖਣਾ, ਆਪਾਂ ਲਾਈਨ ਨੂੰ ਐਕਸਪਲੇਨ ਕਰਕੇ ਖੋਲ੍ਹ ਕੇ ਲਿਖਣਾ ਹੈ। ਆਪਾਂ ਲਿਖਾਂਗੇ ਕਿ ਵਣਜਾਰਾ, ਜਿਵੇਂ ਪ੍ਰਸ਼ਨ ਹੈ ਉਵੇਂ ਉੱਤਰ ਸ਼ੁਰੂ ਕਰਾਂਗੇ। ਵੱਖ ਵੱਖ ਧਰਮਾਂ ਲਈ ਵਣਜਾਰਾ, ਵੱਖ ਵੱਖ ਧਰਮਾਂ ਨੂੰ ਛੱਡ ਕੇ ਸਭ ਨੂੰ ਇੱਕ ਹੋ ਜਾਣ ਦਾ ਸੰਦੇਸ਼ ਦੇ ਰਿਹਾ ਹੈ। ਆ ਮੈਂ ਇੱਕ ਪਾਇਆ, ਇਹ ਇੱਕ ਇਸ ਲਾਈਨ ਦੀ ਵਿਆਖਿਆ ਕਰਨੀ ਹੈ ਕਿ ਸਾਰੇ ਧਰਮਾਂ ਨੂੰ ਛੱਡ ਕੇ ਸਾਰੇ ਇੱਕ ਹੋ ਜਾਓ ਦਾ ਸੰਦੇਸ਼ ਦੇ ਰਿਹਾ ਹੈ। ਦੂਸਰਾ ਪ੍ਰਸ਼ਨ ਹੈ ਬੇਟਾ, ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ? ਆ ਦੇਖੋ ਬੇਟਾ, ਨਫ਼ਰਤ ਸਾਨੂੰ ਆ ਦੂਸਰਾ ਨੰਬਰ ਮੈਂ ਪਾਇਆ, ਇਸ ਲਾਈਨ ਦੀ ਵਿਆਖਿਆ ਕਰਨੀ ਹੈ ਕਿ ਨਫ਼ਰਤ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ, ਨਾ ਇਹ ਸਾਨੂੰ ਰੱਜ ਕੇ ਸੌਣ ਦਿੰਦੀ ਹੈ, ਨਾ ਹੀ ਹੱਸਣ ਦਿੰਦੀ ਹੈ, ਅਤੇ ਨਾ ਹੀ ਸਾਨੂੰ ਰੱਜ ਕੇ ਰੋਣ ਦਿੰਦੀ ਹੈ, ਕਿਉਂਕਿ ਨਫ਼ਰਤ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ। ਇਹ ਪ੍ਰਸ਼ਨ 2 ਦਾ ਉੱਤਰ ਹੈ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈ, ਏਕੇ ਬਾਰੇ ਕਵੀ ਕੀ ਕਹਿੰਦਾ ਹੈ? ਆਹ ਲਾਈਨ ਹੈ ਬੇਟਾ, ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ। ਇਹ ਲਾਈਨ ਐਵੇਂ ਦੀ ਐਵੇਂ ਨਹੀਂ ਲਿਖਣੀ, ਇਹਨੂੰ ਵਿਆਖਿਆ ਕਰਕੇ ਲਿਖਣਾ। ਕਵੀ ਕਹਿੰਦਾ ਹੈ ਕਿ ਏਕੇ ਵਿੱਚ ਸ਼ਕਤੀ ਹੁੰਦੀ ਹੈ ਅਤੇ ਏਕਾ ਏਕੇ ਨੂੰ ਹੀ ਸਾਨੂੰ ਪਿਆਰ ਕਰਨਾ ਚਾਹੀਦਾ ਹੈ। ਤੀਸਰੇ ਪ੍ਰਸ਼ਨ ਦਾ ਉੱਤਰ ਹੈ। ਉਸ ਤੋਂ ਬਾਅਦ ਬੇਟਾ ਆ ਗਈਆਂ ਖਾਲੀ ਥਾਵਾਂ, ਕਾਵਿ ਸਤਰਾਂ ਪੂਰੀਆਂ ਕਰੋ। ਖੱਬੇ ਸੱਜੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ, ਅੱਗੋਂ ਆਏਗਾ ਸਾਂਝਾ ਰਸਤਾ, ਸਾਂਝੀ ਮੰਜ਼ਿਲ ਉਸਨੂੰ ਜਾ ਕੇ ਮੱਲੋ। ਇਹ ਪਹਿਲੀ ਖਾਲੀ ਥਾਂ ਹੈ। ਉਸ ਤੋਂ ਬਾਅਦ ਦੂਸਰੀ, ਭਾਰਤ ਦੀ ਜੈ, ਇੱਕ ਲਾਈਨ, ਜੈ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ। ਆਹ ਦੇਖੋ, ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਏ ਵਣਜਾਰਾ। ਆਹ ਦੂਸਰੀ ਖਾਲੀ ਥਾਂ ਹੈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਔਖੇ ਸ਼ਬਦਾਂ ਦੇ ਅਰਥ ਵੀ ਲਿਖ ਲੈਣੇ ਕਾਪੀ 'ਤੇ ਯਾਦ ਵੀ ਕਰਨੇ ਆ ਵਿੱਚ, ਅਤੇ ਕੰਮ ਕਰਕੇ ਸਾਰਾ ਮੈਨੂੰ ਮੇਰੇ ਨੰਬਰ 'ਤੇ ਤੁਸੀਂ ਵਟਸਐਪ ਕਰੋਗੇ। ਧੰਨਵਾਦ ਬੱਚੇ।